ਸਚ ਚੜ੍ਹ ਕਾਲਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ ਸ਼ਰਨਕਰ ਅੱਜ 6 ਦਸੰਬਰ ਹੈ ਤੇ ਦਿਨ ਐਤਵਾਰ ਹੈ ਕਿਸਾਨਾਂ ਦਾ ਦਿੱਲੀ ਅੰਦੋਲਨ ਅੱਜ 11ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਸਭ ਤੋਂ ਵੱਡੀ ਖਬਰ ਅੱਜ ਦੀ ਇਹ ਹੀ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਹਾਂ ਜਾਂ ਨਾ ਯੈਸ ਔਰ ਨੋ ਉਹਨਾਂ ਨੇ ਇਹ ਤਖਤੀਆਂ ਮਾ ਹੱਥਾਂ ਦੇ ਵਿੱਚ ਫੜ ਕੇ ਮੀਟਿੰਗ ਦੇ ਦੌਰਾਨ ਮੋਨ ਧਾਰ ਲਿਆ ਸੀ 4 ਘੰਟੇ ਤੋਂ ਵੀ ਵੱਧ ਸਮੇਂ ਤੱਕ ਇਹ ਮੀਟਿੰਗ ਚੱਲੀ ਸੀ ਪੰਜਵੀਂ ਮੀਟਿੰਗ ਸੀ ਦੋ ਤਿੰਨ ਗੇੜ ਚੱਲੇ ਨੇ ਇਸ ਵੀ ਮੀਟਿੰਗ ਦੇ ਪਰ ਇਹ ਵੀ ਬੇ ਸਿੱਟਾ ਰਹੀ ਹੈ ਤੇ ਕੇਂਦਰ ਨੇ 9 ਦਸੰਬਰ ਨੂੰ ਮੁੜ ਬੈਠਕ ਸੱਦੀ ਹੈ ਤੇ ਇਕਜਨ ਜਥੇਬੰਦੀਆਂ ਦੇ ਲੀਡਰ ਜਿਹੜੇ ਹੈਗੇ ਨੇ ਉਹ ਅੱਜ ਮੀਟਿੰਗ ਕਰਨਗੇ ਆਪਸ ਦੇ ਵਿੱਚ ਤੇ ਅਗਲੀ ਰਣਨੀਤੀ ਬਣਾਉਣਗੇ ਕਿ ਅੱਗੇ ਸੰਘਰਸ਼ ਨੂੰ ਕਿਹੜੇ ਮੋੜ ਤੇ ਲੈ ਕੇ ਜਾਣਾ ਹੈ 8 ਦਸੰਬਰ ਨੂੰ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਉਸੇ ਤਰ੍ਹਾਂ ਕਾਇਮ ਹੈ ਇਸ ਨਾਲ ਹੀ ਅਹਿਮ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਮੁੜ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਕਿਉਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਹਿਲਾਂ ਦਿੱਤੇ ਬਿਆਨ ਦਾ ਇਤਰਾਜ਼ ਜਤਾਇਆ ਸੀ ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਮੁੜ ਗੱਲ ਦੁਹਰਾਈ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦਾ ਸਮਰਥਨ ਹੈ ਜਿਹੜਾ ਉਹ ਕਰਦੇ ਰਹਿਾਂਗੇ ਪੰਜਾਬ ਦੀਆਂ ਖਬਰਾਂ ਦੇ ਵਿਸਤਾਰ ਦੇ ਵਿੱਚ ਹੁਣ ਤੁਹਾਨੂੰ ਪਹਿਲਾਂ ਮੀਟਿੰਗ ਦੀ ਗੱਲ ਹੀ ਦੱਸਾਂਗੇ ਤੇ ਹੋਰ ਵੀ ਕਾਫੀ ਅਹਿਮ ਖਬਰਾਂ ਨੇ ਇਸ ਬੁਲੇਟਿਨ ਦੇ ਵਿੱਚ ਤੁਸੀਂ ਧੁਰ ਤੱਕ ਜ਼ਰੂਰ ਸੁਣਦੇ ਰਹਿਣਾ। ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਦੇ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਰਕਾਰ ਦੇ ਨਾਲ ਪੰਜਵੇਂ ਗੇੜ ਦੀ ਗੱਲਬਾਤ ਕੱਲ ਫਿਰ ਸਿਰੇ ਨਹੀਂ ਚੜ੍ਹ ਸਕੇ। ਬੈਠਕ ਦੌਰਾਨ ਕਈ ਉਤਰਾਅ ਚੜਾਅ ਵਾਲੇ ਮੌਕੇ ਵੀ ਆਏ ਤੇ ਗੱਲ ਬਾਈਕਾਟ ਤੱਕ ਵੀ ਪਹੁੰਚ ਗਈ ਸੀ। ਵਿਗਿਆਨ ਭਵਨ ਦੇ ਵਿੱਚ ਗੱਲਬਾਤ ਲਈ ਕਿਸਾਨਾਂ ਨੇ ਮੌਨ ਧਾਰ ਕੇ ਸਰਕਾਰ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਵਾਸਤੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਵਾਪਸ ਲੈ ਰਹੇ ਨੇ ਜਾਂ ਫਿਰ ਨਹੀਂ ਕਿਸਾਨਾਂ ਨੇ ਸਰਕਾਰ ਵੱਲੋਂ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੇ ਸੁਝਾਅ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਕੁਝ ਕਿਸਾਨਾਂ ਨੇ ਆਪਣੇ ਮੂੰਹ ਤੇ ਉੱਤੇ ਉਂਗਲਾ ਰੱਖਿਆ ਹੋਇਆ ਸੀ ਜਦ ਕਿ ਸਾਰੇ ਕਿਸਾਨਾਂ ਨੇ ਆਪਣੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਸੀ ਜਿਨ੍ਹਾਂ ਉੱਤੇ ਹਾਂ ਜਾਂ ਨਾ ਲਿਖਿਆ ਹੋਇਆ ਸੀ ਇੰਗਲਿਸ਼ ਦੇ ਵਿੱਚ ਲਿਖਿਆ ਸੀ ਯੈਸ ਔਰ ਨੋ ਕਿਉਂਕਿ ਉਹ ਪੰਜਾਬੀ ਹੈ ਜਿਹੜੀ ਉਹ ਮੰਤਰੀਆਂ ਨੂੰ ਸਮਝ ਨਹੀਂ ਆਉਣੀ ਸੀ ਇਸ ਕਰਕੇ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਲੰਬਾ ਸਮਾਂ ਇਹ ਬੈਠਕ ਚੱਲੀ ਹਾਂ ਜਾਂ ਨਾ ਤੇ ਮੋਨ ਧਾਰ ਕੇ ਜਿੰਨਾ ਟਾਈਮ ਕਿਸਾਨ ਬੈਠੇ ਰਹੇ ਉਹ ਕਰੀਬ ਪੌਣੇ ਇੱਕ ਘੰਟੇ ਦਾ ਸਮਾਂ ਸੀ ਕਿ ਨਾ ਕਿਸਾਨ ਲੀਡਰਾਂ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਅਤੇ ਉਸ ਦੌਰਾਨ ਜਿਹੜੇ ਕੇਂਦਰ ਦੇ ਮੰਤਰੀ ਸੀ ਕਿਸਾਨਾਂ ਦੇ ਸਾਹਮਣੇ ਹੀ ਬੈਠੇ ਸੀਗੇ ਨਰਿੰਦਰ ਸਿੰਘ ਤੋਮਰ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਇਹਨਾਂ ਤੇ ਨਾ ਮੰਤਰੀਆਂ ਨੇ ਗੱਲਬਾਤ ਕੀਤੀ ਸੀ ਕਿਸਾਨਾਂ ਦੇ ਨਾਲ ਤੇ ਇਹ ਕਿਸਾਨਾਂ ਨੂੰ ਲਗਾਤਾਰ ਕਹਿੰਦੇ ਰਹੇ ਕਿ ਤੁਸੀਂ ਵਿਚਾਰਤਾ ਕਰੋ ਆਪ ਵਿਚਾਰ ਤੋਂ ਕੀ ਜੀਏ ਇਸ ਤਰ੍ਹਾਂ ਦੇ ਡਾਇਲੋਗ ਨੇ ਜਿਹੜੇ ਉਹ ਕਿਸਾਨਾਂ ਨੂੰ ਬੋਲੇ ਗਏ ਤੇ ਲਗਾਤਾਰ ਕਨਵਿੰਸ ਕੀਤਾ ਗਿਆ ਕਿ ਤੁਸੀਂ ਗੱਲ ਕਰੋ ਕਹਿੰਦੇ ਕਿ ਅਸੀਂ ਸੌਦਾਂ ਦੇ ਉੱਤੇ ਗੱਲ ਕਰਨੀ ਹੀ ਨਹੀਂ ਹੈ ਕਿਸਾਨਾਂ ਨੇ ਕਿਹਾ ਕਿ ਸਾਡਾ ਜਿਹੜਾ 8 ਦਸੰਬਰ ਦਾ ਭਾਰਤ ਬੰਦ ਦਾ ਸੱਦਾ ਕਾਇਮ ਹੈ ਤੇ ਪੂਰੀ ਤਰ੍ਹਾਂ ਦੇ ਨਾਲ ਸ਼ਾਂਤਮਈ ਰਹੇਗਾ ਕਿਸਾਨ ਜਥੇਬੰਦੀਆਂ ਰਣਨੀਤੀ ਬਣਾਉਣ ਲਈ ਅੱਜ ਬੈਠਕ ਕਰਨ ਗਈਆਂ ਕੱਲ ਦੀ ਬੈਠਕ 4 ਘੰਟੇ ਤੋਂ ਵੀ ਵੱਧ ਸਮਾਂ ਤੱਕ ਚੱਲੀ ਤੇ ਜਿਹੜੇ ਤਿੰਨੇ ਮੰਤਰੀ ਸ਼ਾਮਿਲ ਸੀਗੇ ਇਹਨਾਂ ਦੀ ਲਗਾਤਾਰ ਉੱਪਰਲੀ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਉਹਨਾਂ ਦੇ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਸੀ ਕਿਸਾਨ ਲੀਡਰਾਂ ਦੇ ਮੁਤਾਬਿਕ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਦੇ ਨਾਲ ਇਹ ਗੱਲ ਕਰਦੇ ਰਹੇ ਨੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਮੰਤਰੀ ਉੱਠ ਕੇ ਚਲੇ ਜਾਂਦੇ ਸੀ ਦੂਸਰੇ ਕਮਰੇ ਦੇ ਵਿੱਚ ਜਾ ਕੇ ਆਪਣੇ ਆਲਾ ਮੰਤਰੀਆਂ ਦੇ ਨਾਲ ਗੱਲਬਾਤ ਕਰਦੇ ਸੀ ਆਪਣੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਦੇ ਸੀ ਇੱਕ ਸਮਾ ਮੀਟਿੰਗ ਦੇ ਵਿੱਚ ਇਹ ਵੀ ਆਇਆ ਸੀ ਕਿ ਮੰਤਰੀ ਚਲੇ ਗਏ ਅਧਿਕਾਰੀਆਂ ਨੂੰ ਗੱਲਬਾਤ ਕਰਨ ਦੇ ਲਈ ਛੱਡ ਦਿੱਤਾ ਉਸ ਤੋਂ ਬਾਅਦ ਕਿਸਾਨਾਂ ਨੇ ਫਿਰ ਮੋਨ ਵਰਤ ਧਾਰਿਆ ਸੀ ਕਿਹਾ ਸੀ ਠੀਕ ਹੈ ਤੁਸੀਂ ਜੋ ਬੋਲਣਾ ਬੋਲਦੇ ਜਾਓ ਅਸੀਂ ਬਿਲਕੁਲ ਨਹੀਂ ਬੋਲਾਂਗੇ ਕਿਉਂਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਮੰਗ ਹੈ ਕਾਨੂੰਨ ਰੱਦ ਕਰ ਰਹੇ ਹੋ ਜਾਂ ਫਿਰ ਨਹੀਂ ਕਿਸਾਨ ਲੀਡਰਾਂ ਨੇ ਬਾਹਰ ਆ ਕੇ ਜਾਣਕਾਰੀ ਦਿੱਤੀ ਕਿ ਜਦੋਂ ਸਾਡੇ ਜਿਹੜੀ ਮੰਗ ਹੈ ਉਹਦਾ ਸਿੱਧੇ ਮੂੰਹ ਕੋਈ ਵੀ ਜਵਾਬ ਨਹੀਂ ਦਿੰਦਾ ਤਾਂ ਫਿਰ ਉਹਨਾਂ ਨੂੰ ਮੌਨ ਵਰਤ ਧਾਰਨ ਕਰਨਾ ਪਿਆ ਤੇ ਜਦੋਂ ਕਿਸਾਨ ਮੌਨ ਵਰਤ ਧਾਰ ਕੇ ਬੈਠੇ ਸੀ ਤਾਂ ਫਿਰ ਕੇਂਦਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਕਿਹਾ ਕਿ ਸਾਨੂੰ ਸੋਚਣ ਦਾ ਸਮਾਂ ਦਿਓ ਕਿਸਾਨ ਜਥੇਬੰਦੀਆਂ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਸਾਨਾਂ ਨੇ ਸਰਕਾਰ ਨੂੰ ਇੱਕ ਟੁਕ ਜਵਾਬ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰੋ ਨਹੀਂ ਤਾਂ ਮੀਟਿੰਗ ਖਤਮ ਕਰੋ ਏਵੀ ਜਾਨਕਾਰੀ ਮਿਲੀ ਕਿ ਕਿਸਾਨ ਮੀਟਿੰਗ ਛੱਡ ਕੇ ਉੱਠਣ ਲੱਗੇ ਸੀ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਂ ਨੇ ਕਿਸਾਨਾਂ ਤੋਂ 15 ਮਿੰਟ ਦਾ ਸਮਾਂ ਮੰਗਿਆ ਤੇ ਉਹ ਜਦੋਂ ਸਾਰੀ ਮੀਟਿੰਗ ਦਾ ਐਂਡ ਆ ਗਿਆ ਸੀ ਉਸ ਵਕਤ ਵੀ ਕਿਸਾਨ ਕਿਸਾਨ ਲੀਡਰਾਂ ਤੋਂ ਕੇਂਦਰ ਦੇ ਮੰਤਰੀਆਂ ਨੇ ਸਮਾਂ ਮੰਗਿਆ ਕਿ ਸਾਨੂੰ ਕੁਝ ਸਮਾਂ ਦਿਓ 7 ਦਸੰਬਰ ਨੂੰ ਅਸੀਂ ਮੋੜ ਬੈਠਕ ਹੈ ਜਿਹੜੀ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਤਾਂ ਕਿਸਾਨ ਲੀਡਰਾਂ ਨੇ ਕਿਹਾ ਸੀ ਕਿ ਤੁਸੀਂ ਖੁੱਲਾ ਸਮਾਂ ਲਓ ਤੁਸੀਂ 9 ਦਸੰਬਰ ਲੈ ਲਓ ਕਿਉਂਕਿ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਹੈਗਾ ਤੁਸੀਂ 9 ਦਸੰਬਰ ਤੱਕ ਦਾ ਸਮਾਂ ਲੈ ਲਓ ਸੋ ਹੁਣ ਇਹ ਜਿਹੜੀ ਮੀਟਿੰਗ ਹੈਗੀ ਆ ਉਹ 9 ਦਸੰਬਰ ਨੂੰ ਹੋਏਗੀ ਤੇ ਸਰਕਾਰ ਨਾਲ वार्ता ਦੇ 5ਵੇਂ ਗੇੜ ਦੇ ਪਹਿਲੇ 2 ਘੰਟਿਆਂ ਦੌਰਾਨ ਹੀ ਕਿਸਾਨਾਂ ਨੇ ਆਪਣੀ ਨਾਰਾਜ਼ਗੀ ਦਾ ਸਪਸ਼ਟ ਸੰਕੇਤ ਦੇ ਦਿੱਤਾ ਸੀ। ਉਹਨਾਂ ਨੇ ਇੱਕ ਵਾਰੀ ਫਿਰ ਸਰਕਾਰੀ ਭੋਜਨ ਦੇ ਸੱਦੇ ਨੂੰ ਠੁਕਰਾ ਕੇ ਆਪਣੇ ਨਾਲ ਲਿਆਂਦਾ ਲੰਗਰ ਹੀ ਛਕਿਆ ਅਤੇ ਵਿਗਿਆਨ ਭਵਨ ਦੇ ਵਿੱਚ ਥੱਲੇ ਬਹਿ ਕੇ ਆਪਣੀ ਮਰਿਆਦਾ ਦੇ ਮੁਤਾਬਿਕ ਲੰਗਰ ਛਕਿਆ। ਕਿਸਾਨ ਆਗੂਆ ਡਾਕਟਰ ਦਰਸ਼ਨਪਾਲ ਕੁਲਵੰਤ ਸਿੰਘ ਸੰਧੂ, ਬੂਟਾ ਸਿੰਘ, ਬਲਦੇਵ ਸਿੰਘ ਸਿਰਸਾ ਤੇ ਹੋਰਨਾਂ ਨੇ ਵਿਗਿਆਨ ਭਵਨ ਦੇ ਵਿੱਚ ਭੂੰਜੀਏ ਬਹਿ ਕੇ ਲੰਗਰ ਛਕਿਆ। ਰੁਲਦੂ ਸਿੰਘ ਹੋਣ ਜਾਂ ਫਿਰ ਜਿੰਨੇ ਵੀ ਲੀਡਰ ਹੋਣ ਸਾਰਿਆਂ ਨੇ ਥੱਲੇ ਬਹਿ ਕੇ ਲੰਗਰ ਛਕਿਆ ਤੇ ਸ਼ਾਮ ਦੇ 4 ਵਜੇ ਵਾਰਤਾ ਜਦੋਂ ਗੱਲਬਾਤ ਰੁਕੀ ਤਾਂ ਆਪਣੇ ਹਮਾਇਤੀਆਂ ਵੱਲੋਂ ਲਿਆਂਦਾ ਗਿਆ ਲੰਗਰ ਉਹਨਾਂ ਦੇ ਵੱਲੋਂ ਛਕਿਆ ਗਿਆ ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਸਪਸ਼ਟ ਸੰਕੇਤ ਦੇ ਦਿੱਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਸਰਕਾਰ ਦਾ ਅੰਨ ਪਾਣੀ ਹੈ ਜਿਹੜਾ ਉਹ ਨਹੀਂ ਛਕਣਗੇ ਤੇ ਇਸ ਮੀਟਿੰਗ ਦੇ ਦੌਰਾਨ ਕਿਸਾਨਾਂ ਨੇ ਮੀਡੀਆ ਕਰਮੀਆਂ ਨੂੰ ਵੀ ਲੰਗਰ ਛਕਾਇਆ ਪਿਛਲੀ ਮੀਟਿੰਗ ਦੇ ਵਿੱਚ ਦੇਖਿਆ ਕਿ ਜਦੋਂ 3 ਦਸੰਬਰ ਨੂੰ ਬੈਠਕ ਹੋਈ ਸੀ ਉਸ ਦਿਨ 7 ਤੋਂ ਵੱਧ ਘੰਟੇ ਇਹ ਮੀਟਿੰਗ ਚੱਲੀ ਸੀ ਮੀਡੀਆ ਕਰਮੀ ਲਗਾਤਾਰ ਸਵੇਰ ਤੋਂ ਲੈ ਕੇ ਬਾਹਰ ਖੜੇ ਸੀ ਵਿਗਿਆਨ ਭਵਨ ਦੇ ਵਿੱਚ ਜਾਂ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਪੀਣ ਵਾਲੇ ਪਾਣੀ ਦਾ ਜਾਂ ਲੰਗਰ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਇਸ ਕਰਕੇ ਸਰਕਾਰ ਨਿਤਾ ਮੀਡੀਆ ਦੀ ਇਸ ਲੋਡ ਵੱਲ ਧਿਆਨ ਨਹੀਂ ਦਿੱਤਾ ਪਰ ਕਿਸਾਨਾਂ ਨੇ ਜ਼ਰੂਰ ਇਸ ਲੋਡ ਵੱਲ ਧਿਆਨ ਅਤੇ ਪੱਤਰਕਾਰ ਨੇ ਜਿਹੜੇ ਉਹਨਾਂ ਨੇ ਵੀ ਜੀ ਭਰ ਕੇ ਲੰਗਰ ਛਕਿਆ ਤੇ ਕਿਸਾਨਾਂ ਨੇ ਕਿਸਾਨ ਲੀਡਰਾਂ ਨੇ ਇਸ ਮੌਕੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਕਿ ਜਿਹੜੇ ਇਸ ਮੌਕੇ ਇਸਕਾਰਾਤਮਕ ਰੋਲ ਨਿਭਾ ਰਹੇ ਨੇ ਤੇ ਜਿਹੜਾ ਕੌਮੀ মিডিਆ ਇਸਕਾਰਾਤਮਕ ਰੋਲ ਹੈ ਜਰਾ ਉਹ ਨਹੀਂ ਨਿਭਾ ਰਿਹਾ ਉਹਨਾਂ ਨੂੰ ਜਿਹੜੇ ਧਰਨਿਆਂ ਦੇ ਵਿੱਚ ਬੈਠੇ ਕਿਸਾਨ ਨੇ ਉਹ ਉਹਨਾਂ ਦਾ ਫਲ ਹੈ ਜਿਹੜਾ ਉਹ ਪੇਜ ਹੀ ਰਹੇ ਨੇ ਤੇ ਉਹਨਾਂ ਦਾ ਵਿਰੋਧ ਹੈ ਜਿਹੜਾ ਉਹ ਕਰ ਰਹੇ ਨੇ ਲਗਾਤਾਰ ਕਿ ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਬੈਠਕ ਕੀਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਠਕ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਤਜਵੀਜ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੂਤਰਾਂ ਦੇ ਮੁਤਾਬਿਕ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਖੁਦ ਅੱਗੇ ਆਉਣ ਦਾ ਫੈਸਲਾ ਲਿਆ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਨੇ ਮੰਤਰੀਆਂ ਦੇ ਨਾਲ ਕਿਸਾਨ ਅੰਦੋਲਨ ਬਾਰੇ ਬੈਠਕ ਕੀਤੀ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਤੇ ਅਮਿਤ ਸ਼ਾ ਹੀ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਸੋ ਕਿਸਾਨ ਲੀਡਰਾਂ ਨੇ ਜਾਂ ਦੇਸ਼ ਦੇ ਕਿਸਾਨਾਂ ਨੇ ਇਹ ਇਤਿਹਾਸਿਕ ਸਮਾਂ ਲੈ ਕੇ ਆਂਦਾ ਜਦੋਂ ਪੂਰੀ ਦੁਨੀਆ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੀ ਗੱਲ ਹੋ ਰਹੀ ਹੈ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਹੋ ਰਹੀ ਹੈ ਪ੍ਰਧਾਨ ਮੰਤਰੀ ਤੱਕ ਨੂੰ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਚਰਚਾ ਦੇ ਵਿੱਚ ਸ਼ਾਮਿਲ ਹੋਣਾ ਪੈ ਰਿਹਾ ਹੈ ਤੇ ਜਦੋਂ ਇਹ ਮੀਟਿੰਗ ਨਿਬੜੀ ਉਸ ਤੋਂ ਬਾਅਦ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਦੱਸਿਆ ਕਿ ਸਰਕਾਰ ਚਾਹੁੰਦੀ ਸੀ ਖੇਤੀ ਕਾਨੂੰਨਾਂ ਦੇ ਕੁਝ ਹਿੱਸਿਆਂ ਬਾਰੇ ਉਸ ਨੂੰ ਸੁਝਾਅ ਮਿਲੇ ਪਰ ਅਜੇ ਹਾਂ ਨਾ ਹੋ ਸਕਿਆ ਤੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਅਗਲੀ ਬੈਠਕ ਹੈ ਜਿਹੜੀ 9 ਦਸੰਬਰ ਨੂੰ ਹੋਏਗੀ ਯਾਨੀ ਕਿ ਉਹ ਕਹਿੰਦੇ ਨੇ ਕਿ ਖੇਤੀ ਕਾਨੂੰਨਾਂ ਦੇ ਜਿਹੜੇ ਕੁਝ ਪੱਖ ਹੈਗੇ ਨਹੀਂ ਉਹਨਾਂ ਦੇ ਬਾਰੇ ਅਸੀਂ ਸੁਝਾਅ ਲੈਣਾ ਚਾਹੁੰਦੇ ਸੀ ਪਰ ਅਜਿਹਾ ਹੋਇਆ ਨਹੀਂ ਤੋਮਰ ਨੇ ਕਿਹਾ ਜੇਕਰ ਕਿਸਾਨਾਂ ਤੋਂ ਸੁਝਾਅ ਮਿਲਦੇ ਤਾਂ ਚੰਗਾ ਹੁੰਦਾ ਤੇ ਮਸਲਾ ਹੱਲ ਕਰਨਾ ਸੌਖਾ ਹੁੰਦਾ ਉਨਾ ਮੁਤਾਬਕ ਕੇਂਦਰ ਸਰਕਾਰ ਜੋ ਵੀ ਫੈਸਲਾ ਕਰੇਗੀ ਕਿਸਾਨਾਂ ਦੇ ਹਿੱਤ ਵਿੱਚ ਹੀ ਹੋਏਗਾ ਖੇਤੀ ਮੰਤਰੀ ਨੇ ਕਿਹਾ ਕਿ ਐਮਐਸਪੀ ਜਾਰੀ ਸੀ ਜਾਰੀ ਹੈ ਤੇ ਜਾਰੀ ਰਹੇਗੀ ਕਿਸੇ ਨੂੰ ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈ ਸਵਾਲ ਉੱਠਦਾ ਕਿ ਲਿਖਿਆ ਕਿਉਂ ਨਹੀਂ ਜਾ ਰਿਹਾ ਕਿਸਾਨਾਂ ਦੇ ਤੌਖਲਿਆਂ ਬਾਰੇ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਹੈ ਕਿਸਾਨਾਂ ਨੂੰ ਇਸ ਦਾ ਭਰੋਸਾ ਕਰਨਾ ਚਾਹੀਦਾ ਹੈ ਉਹਨਾਂ ਕਿਸਾਨ ਅੰਦੋਲਨ ਨੂੰ ਅਨੁਸ਼ਾਸਨ ਦੇ ਵਿੱਚ ਰੱਖਣ ਦੇ ਲਈ ਯੂਨੀਅਨਾਂ ਦਾ ਧੰਨਵਾਦ ਵੀ ਕੀਤਾ ਪਰ ਨਾਲ ਹੀ ਬਜ਼ੁਰਗਾਂ ਤੇ ਬੱਚਿਆਂ ਨੂੰ ਇਸ ਅੰਦੋਲਨ ਵਿੱਚੋਂ ਵਾਪਸ ਜਾਣ ਦੀ ਅਪੀਲ ਵੀ ਕੀਤੀ ਸੋ ਇੱਕ ਸਾਨ ਲੀਡਰਾਂ ਨੇ ਵੀ ਦੱਸਿਆ ਕਿ ਸਾਨੂੰ ਅਪੀਲ ਕੀਤੀ ਸੀ ਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਵਾਪਸ ਭੇਜ ਦਿਓ ਕਹਿੰਦੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਾਂਗੇ ਇਹ ਜਿਹੜਾ ਹੁਣ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ ਲੋਕ ਰੋਏ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ ਹੈ ਅਸੀਂ ਕਿਸੇ ਨੂੰ ਵੀ ਵਾਪਸ ਜਾਣ ਦੇ ਲਈ ਨਹੀਂ ਕਹਿ ਸਕਦੇ ਸਾਡੀਆਂ ਬੀਬੀਆਂ ਸਾਡੇ ਬੱਚੇ ਖੁਦ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਜਿਹੜਾ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਕਿ ਅਸੀਂ ਕਿਸਾਨਾਂ ਤੋਂ ਸੁਝਾ ਲੈਣਾ ਚਾਹੁੰਦੇ ਸੀ ਤਾਂ ਪਿਛਲੀ ਮੀਟਿੰਗ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਸਿੱਧੇ ਤੌਰ ਤੇ ਬਿਲਕੁਲ ਲਿਖਤੀ ਤੌਰ ਤੇ ਸਰਕਾਰ ਨੂੰ ਦੇ ਕੇ ਆਏ ਨੇ ਕਿ ਇਸ ਕਾਨੂੰਨ ਦੇ ਵਿੱਚ ਜਾਂ ਇਨ੍ਹਾਂ ਤਿੰਨਾਂ ਕਾਨੂੰਨਾਂ ਦੇ ਵਿੱਚ 39 ਵੱਡੀਆਂ ਗਲਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਨੌਂ ਤੇ ਕੇਂਦਰ ਸਰਕਾਰ ਮੰਨੀ ਵੀ ਪਰ ਕਿਸਾਨ ਕਹਿੰਦੇ ਨੇ ਕਿ 39 ਗਲਤੀਆਂ ਵਾਲਾ ਕਾਨੂੰਨ ਸਾਨੂੰ ਨਹੀਂ ਚਾਹੀਦਾ ਇਸ ਨੂੰ ਰੱਦ ਕੀਤਾ ਜਾਵੇ ਹੁਣ ਸੰਯੁਕਤ ਰਾਸ਼ਟਰ ਵੀ ਕਿਸਾਨਾਂ ਦੇ ਇਸ ਅੰਦੋਲਨ ਦੇ ਬਾਰੇ ਬੋਲਿਆ ਹੈ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਲੋਕਾਂ ਨੂੰ ਸ਼ਾਂਤੀ ਨਾਲ ਰੋਸ ਪ੍ਰਗਟਾਉਣ ਦਾ ਪੂਰਾ ਹੱਕ ਹੈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕੱਲ ਭਾਰਤ ਦੇ ਵਿੱਚ جاری ਕਿਸਾਨਾਂ ਦੇ ਮੁਜ਼ਾਹਰਿਆਂ ਦੇ ਬਾਰੇ ਕਿਹਾ ਕਿ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟਾਉਣ ਦਾ ਹੱਕ ਹੈ ਸਰਕਾਰ ਨੂੰ ਉਹਨਾਂ ਨੂੰ ਅਜਿਹਾ ਕਰਨ ਦੇਣਾ ਚਾਹੀਦਾ ਹੈ ਭਾਰਤ ਨੇ ਰੋਸ ਮੁਜ਼ਾਹਰਿਆਂ ਦੇ ਬਾਰੇ ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਨੂੰ ਬੇਲੋੜਾ ਦੱਸਿਆ ਪਰ ਹੁਣ ਸੰਯੁਕਤ ਰਾਸ਼ਟਰ ਵੀ ਇਸ ਬਾਰੇ ਬਿਆਨ ਦੇ ਰਿਹਾ ਹੈ ਭਾਰਤ ਨੇ ਕਿਹਾ ਹੈ ਕਿ ਇਹਨਾਂ ਆਗੂਆਂ ਨੂੰ ਖੇਤੀ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਤੇ ਲੋਕਤੰਤ੍ਰਿਕ ਮੁਲਕ ਦਾ ਅੰਦਰੂਨੀ ਮਸਲਾ ਹੈ ਇਹ ਖਾਸ ਤੌਰ ਤੇ ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਜਸਟਿਨ ਟਰੂਡੋ ਦੇ ਲਈ ਕਿਹਾ ਗਿਆ ਸੀ ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਮੈਂ ਉਹੀ ਕਹਾਂਗਾ ਜੋ ਅਜਿਹੀ ਮਾਮਲਿਆਂ ਵਿੱਚ ਹੋਰਾਂ ਬਾਰੇ ਕਹਿੰਦਾ ਰਿਹਾ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟਾਉਣ ਦਾ ਹੱਕ ਸਾਰਿਆਂ ਨੂੰ ਹੈ ਤੇ ਅਜਿਹਾ ਕਿਸਾਨਾਂ ਨੂੰ ਕਰਨ ਦੇਣਾ ਚਾਹੀਦਾ ਹੈ ਸਕੱਤਰ ਜਨਰਲ ਨਲ ਦਾ ਬੁਲਾਰਾ ਕਿਸਾਨ ਮੁਜ਼ਾਹਰਿਆਂ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਿਹਾ ਸੀ ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਚਾਹੁੰਦਾ ਹੈ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਹੱਕ ਹੋਵੇ ਰੋਜ਼ਾਨਾ ਦੇ ਮੀਡੀਆ ਸੰਬੋਧਨ ਦੌਰਾਨ ਸਕੱਤਰ ਜਨਰਲ ਦੇ ਬੁਲਾਰੇ ਨੇ ਕਲ ਕਿਹਾ ਕਿ ਸ਼ਾਂਤੀਪੂਰਨ ਢੰਗ ਨਾਲ ਰੋਸ ਦਰਜ ਕਰਵਾਉਣ ਦਾ ਹੱਕ ਹਰੇਕ ਨੂੰ ਹੋਣਾ ਚਾਹੀਦਾ ਹੈ ਤੇ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੋੜ ਭਾਰਤ ਵਿੱਚ ਹੋ ਰਹੀ ਕਿਸਾਨਾਂ ਦੇ ਮੁਜ਼ਾਹਰਿਆਂ ਬਾਰੇ ਬਿਆਨ ਤਏ ਬਿਆਨ ਉਧੋਂ ਆਇਆ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ कोरोना वायरस ਨੂੰ ਲੈ ਕੇ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੌਰਾਨ ਜਸਟਿਨ ਟ੍ਰੂਡੋ ਨੇ ਕਿਹਾ ਕਿ ਕੈਨੇਡਾ ਦੁਨੀਆ ਵਿੱਚ ਕਿਤੇ ਵੀ ਸ਼ਾਂਤਮਈ ਪ੍ਰਦਰਸ਼ਨ ਤੇ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਦਾ ਰਹੇਗਾ ਇਹ ਤਣਾਅ ਘਟਾਉਣ ਤੇ ਗੱਲਬਾਤ ਦੀ ਦਿਸ਼ਾ ਵੱਲ ਕਦਮ ਵਧਦਾ ਦੇਖਣਾ ਚਾਹੇਗਾ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਤੇ ਟਰੂਡੋ ਨੇ ਕਿਹਾ ਸੀ ਖਾਸ ਤੌਰ ਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਕਿ ਹਾਲਾਤ ਬੇਹੱਦ ਚਿੰਤਾ ਵਾਲੇ ਨੇ ਅਸੀਂ ਪਰਿਵਾਰ ਤੇ ਦੋਸਤਾਂ ਨੂੰ ਲੈ ਕੇ ਪਰੇਸ਼ਾਨ ਹਾਂ ਸਾਨੂੰ ਪਤਾ ਹੈ ਕਿ ਕਈ ਲੋਕਾਂ ਦੇ ਹੱਕ ਸੱਚ ਦੀ ਲੜਾਈ ਹੈ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਹੱਕਾਂ ਦੀ ਰੱਖਿਆ ਲਈ ਕੈਨੇਡਾ ਹਮੇਸ਼ਾ ਖੜਾ ਰਹੇਗਾ ਤੇ ਇਸ ਦੌਰਾਨ ਵੀ ਖਬਰ ਆ ਰਹੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ। ਕੱਲ ਨੂੰ ਯਾਨੀ ਕਿ 7 ਦਸੰਬਰ ਨੂੰ ਕੈਨੇਡਾ ਦੇ ਵਿੱਚ ਕਰੋਨਾ ਦੇ ਮੁੱਦੇ ਤੇ ਹੋਣ ਵਾਲੀ ਬੈਠਕ ਦਾ ਬਾਈਕਾਟ ਕਰਨ ਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਐਲਾਨ ਕਰ ਦਿੱਤਾ ਹੈ। ਤੇ ਇਸ ਐਲਾਨ ਤੋਂ ਬਾਅਦ ਵੀ ਜਸਟਿਨ ਟਰੂਡੋ ਨੇ ਮੁੜ ਤੋਂ ਕਿਸਾਨਾਂ ਦੇ ਹੱਕ ਵਿੱਚ ਹੀ ਬਿਆਨ ਦਿੱਤਾ ਹੈ। ਭਾਰਤ ਸਰਕਾਰ ਨੇ ਕੈਨੇਡਾ ਦੇ ਸفیر ਨੂੰ ਤਲਬ ਕਰਕੇ ਆਪਣਾ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਕੈਨੇਡਾ ਸਰਕਾਰ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਭਾਰਤ ਨੇਵੀ ਕਿਹਾ ਸੀ ਕਿ ਕੈਨੇਡਾ ਦੇ ਲੀਡਰਾਂ ਦੀ ਸਾਡੇ ਕਿਸਾਨਾਂ ਨਾਲ ਸੰਬੰਧਿਤ ਟਿੱਪਣੀਆਂ ਗੁੰਮਰਾਹ ਕਰਨ ਵਾਲੀਆਂ ਜਾਣਕਾਰੀਆਂ ਤੇ ਆਧਾਰਿਤ ਨੇ ਇਹ ਟਿੱਪਣੀਆਂ ਇੱਕ ਲੋਕਤੰਤਰੀ ਮੂਲਕ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਵਾਲੀਆਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਸਰਜੀਤ ਸਿੰਘ ਸੱਜਣ ਨੇ ਵੀ ਟਵੀਟ ਕਰਕੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਵਾਟਰ ਕੈਨਨ ਤੇ ਹੰਝੂ ਗੈਸ ਛੱਡੇ ਜਾਣ ਦੀ ਨਿੰਦਿਆ ਵੀ ਕੀਤੀ ਸੀ ਸਿਰਫ ਕੈਨੇਡਾ ਹੀ ਨਹੀਂ ਹੁਣ ਜਿਹੜਾ ਬ੍ਰਿਟਿਸ਼ ਸੰਸਦ ਹੈਗੇ ਨੇ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਆ ਗਏ ਨੇ ਬ੍ਰਿਟੇਨ ਦੇ ਵਿੱਚ ਵੱਖ-ਵੱਖ ਦੀਆਂ ਦੇ 36 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੋਮਨਿਕ ਰੌਬ ਨੂੰ ਪੱਤਰ ਲਿਖ ਕੇ ਕਿਹਾ ਕਿ ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਾ ਬ੍ਰਿਟਿਸ਼ ਪੰਜਾਬੀਆਂ ਤੇ ਪੈ ਰਹੇ ਅਸਰ ਬਾਰੇ ਉਹ ਆਪਣੇ ਭਾਰਤੀ ਹਮ ਰਤਬਾ ਐਸ ਜੈ ਸ਼ੰਕਰ ਨੂੰ ਜਾਣੂ ਕਰਵਾਉਣ ਇਹ ਚਿੱਠੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਹੈ ਇਸ ਨੂੰ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਤਰਮਨਜੀਤ ਸਿੰਘ ਤੇਸੀ ਨੇ ਤਿਆਰ ਕੀਤਾ ਜਿਸ ਤੇ ਭਾਰਤੀ ਮੂਲ ਦੇ ਕਈ ਸੰਸਦ ਮੈਂਬਰਾਂ ਦੇ ਵੀ ਦਸਤਖਤ ਨੇ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਤੇ ਅਸੀ ਸਮੇਤ 36 ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਫਿਕਰ ਵੀ ਜ਼ਾਹਿਰ ਕੀਤਾ ਹੈ 36 ਸੰਸਦਾਂ ਨੇ ਵਿਦੇਸ਼ੀ ਸਕੱਤਰ ਡੋਮਨਲ ਡ੍ਰੈਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਭਾਰਤ ਦੇ ਇਸ ਬਿੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕੀਤੀ ਜਾਵੇ ਸੰਸਦਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਮੁੱਦਾ ਚੁੱਕ ਕੇ ਕਿਸਾਨਾਂ ਦੀ ਸਮੱਸਿਆ ਹੱਲ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚਿੱਠੀ ਤੇ ਹਸਤਾਖਰ ਕਰਨ ਵਾਲਿਆਂ ਵਿੱਚ ਲੇਬਰ ਪਾਰਟੀ ਦੇ ਨਾਲ ਕੰਜ਼ਰਵੇਟਿਵ ਸੰਸਦ ਵੀ ਸ਼ਾਮਲ ਨੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਕਿਸਾਨੀ ਸੰਘਰਸ਼ ਦਾ ਅਸਰ ਕਈ ਸੂਬਿਆਂ ਦੀ ਆਰਥਿਕਤਾ ਤੇ ਪਵੇਗਾ ਇਸ ਕਰਕੇ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ ਵਿਦੇਸ਼ਾਂ ਵਿੱਚ ਫਸੇ ਭਾਰਤੀ ਵੀ ਲਗਾਤਾਰ ਮੰਗ ਕਰ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਭਾਰਤ ਸਰਕਾਰ ਨੂੰ ਮੰਨ ਲੈਣਾ ਚਾਹੀਏ ਮੰਨ ਲੈਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਹੈ ਜਿਹੜਾ ਉਹ ਮਿਲ ਸਕੇ ਸੋ ਦਿੱਲੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਲਗਾਤਾਰ ਜਾਰੀ ਨੇ ਸਿੰਘੂ ਬਾਰਡਰ ਟਿਕਰੀ ਬਾਰਡਰ ਗਾਜ਼ੀਪੁਰ ਬਾਰਡਰ ਗਾਜ਼ੀਪੁਰ ਬਾਰਡਰ ਤੇ ਕੱਲ ਖਾਸ ਤੌਰ ਤੇ ਖਾਲਸ ਟੀਵੀ ਦੀ ਟੀਮ ਪਹੁੰਚੀ ਸੀ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਯੂਪੀ ਬਿਹਾਰ ਅਤੇ ਗੁਜਰਾਤ ਤੋਂ ਕਿਸਾਨ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਉੱਤਰਾਖੰਡ ਤੋਂ ਵੀ ਇੱਥੇ ਕਿਸਾਨ ਪਹੁੰਚੇ ਹੋਏ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਯੂਪੀ ਤੇ ਬਿਹਾਰ ਦੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਤਾਂ ਸਰਕਾਰ ਪਹਿਲਾਂ ਹੀ ਖਤਮ ਕਰ ਚੁੱਕੀ ਕੀ ਹੈ ਕਿਸਾਨਾਂ ਤੋਂ ਸਾਨੂੰ ਮਜ਼ਦੂਰ ਬਣਾ ਚੁੱਕੀ ਹੈ ਪਰ ਹੁਣ ਪੰਜਾਬ ਦੇ ਕਿਸਾਨਾਂ ਨੇ ਸਾਨੂੰ ਜਗਾ ਦਿੱਤਾ ਹੈ ਤੇ ਅਸੀਂ ਹੁਣ ਇਹ ਲੜਾਈ ਜਿੱਤ ਕੇ ਹੀ ਪਿੱਛੇ ਮੁੜਾਂਗੇ ਇਸ ਮੌਕੇ ਅਸੀਂ ਜ਼ਰੂਰ ਜੇ ਜਿਹੜੇ ਕਲਾਕਾਰ ਨੇ ਉਹ ਸੁਣਦੇ ਹੋਣ ਜਾਂ ਫਿਰ ਸਮਾਜ ਸੇਵੀ ਪੰਜਾਬ ਦੇ ਸੁਣਦੇ ਹੋਣ ਤਾਂ ਉਥੋਂ ਦੇ ਕਿਸਾਨਾਂ ਨੇ ਸੁਨੇਹਾ ਤੁਹਾਨੂੰ ਸਾਰਿਆਂ ਨੇ ਭੇਜਿਆ ਹੈ ਕਿ ਸਾਨੂੰ ਵੀ ਪੰਜਾਬੀਆਂ ਦੇ ਸਾਥ ਦੀ ਲੋੜ ਹੈ ਸਾਡੀਆਂ ਸਟੇਜਾਂ ਦੇ ਉੱਤੇ ਬੁਲਾਰੇ ਜ਼ਿਆਦਾ ਨਹੀਂ ਹੈਗੇ ਲੱਖਾ ਸਿਧਾਣਾ ਦੀਪ ਸਿੱਧੂ ਜਾਂ ਫਿਰ ਜਿਹੜੇ ਪੰਜਾਬੀ ਕਲਾਕਾਰ ਨੇ ਉਹਨਾਂ ਨੂੰ ਉੱਥੇ ਗਾਜ਼ੀਪੁਰ ਦੇ ਧਰਨਿਆਂ ਦੇ ਵਿੱਚ ਵੀ ਪਹੁੰਚ ਇਹ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਹੈ ਜਿਹੜੀ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਪੰਜਾਬੀ মিডিਆ ਪੰਜਾਬੀ মিডিਆ ਵੀ ਸਾਰਾ ਸਿੰਘੂ ਤੇ ਟਿਕਰੀ ਬਾਰਡਰ ਦੇ ਉੱਤੇ ਹੀ ਡਟਿਆ ਹੋਇਆ ਹੈ ਗਾਜ਼ੀਪੁਰ ਬਾਰਡਰ ਵੱਲ ਵੀ ਪੰਜਾਬੀ মিডিਆ ਨੂੰ ਪਹੁੰਚਣ ਦੀ ਲੋੜ ਹੈ ਇਹ ਅਸੀਂ ਆਪਣੇ ਵੱਲੋਂ ਵੀ ਅਪੀਲ ਕਰਦੇ ਹਾਂ ਤੇ ਉੱਥੇ ਜੁਟੇ ਕਿਸਾਨਾਂ ਦੇ ਵੱਲੋਂ ਵੀ ਅਪੀਲ ਕਰਦੇ ਹਾਂ ਸਿੰਘੂ ਬਾਰਡਰ ਤੇ ਖੇਤੀਬਾੜੀ ਕਾਨੂੰਨਾ ਖਿਲਾਫ ਚੱਲ ਰਹੇ ਕਿਸਾਨ ਧਰਨੇ ਦੌਰਾਨ ਪੰਜਾਬ ਹਰਿਆਣਾ ਭਾਈ ਭਾਈ ਦੇ ਨਾਰੇ ਗੂੰਜੇ ਨੇ ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦੇਣ ਲਈ ਇਹ ਪ੍ਰਦਰਸ਼ਨ ਧਰਨੇ ਦੇ ਮੰਚ ਦੇ ਨੇੜੇ ਕੀਤਾ ਪੰਜਾਬ ਹਰਿਆਣਾ ਭਾਈ ਭਾਈ ਉਨਾ ਨੀਰਲ ਅਣਖ ਜਗਾਈ ਦੇ ਨਾਰੇ ਲਾਏ ਦੋਵੇਂ ਸੂਬਿਆਂ ਦੇ ਕਿਸਾਨ ਲੀਡਰਾਂ ਨੇ ਭਾਜਪੀ ਦੇ ਲੀਡਰਾਂ ਨੂੰ ਲੰਬੇ ਹੱਥੀ ਲਿਆ ਤੇ ਕਿਹਾ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਅੰਦੋਲਨ ਕਰਨ ਵਾਲਿਆਂ ਨੂੰ ਉਥੋਂ ਹਟਾਉਣ ਲਈ ਸਤਾਧਾਰੀਆਂ ਦੇ ਵੱਲੋਂ ਕੋਝੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ ਦਾਵਾ ਕੀਤਾ ਕਿ ਕੇਂਦਰ ਸਰਕਾਰ ਦੀਆਂ ਵੰਡਪਾਉ ਯੋਗਤਾ ਨਾਕਾਮ ਰਹੀਆਂ ਨੇ ਤੇ ਕਿਸਾਨਾਂ ਦੇ ਏਕੇ ਨੇ ਠੰਡ ਵਿੱਚ ਵੀ ਕੇਂਦਰ ਸਰਕਾਰ ਨੂੰ ਤਰੇਲੀਆਂ ਲਿਆ ਦਿੱਤੀਆਂ ਨੇ ਕਿਸਾਨਾਂ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਜਿਹੜੇ ਸਿੱਖ ਲੀਡਰ ਨੇ ਕਿਸਾਨ ਲੀਡਰ ਨੇ ਉਹਨਾਂ ਨੇ ਬੀਤੇ ਦਿਨੀ 6 ਨੌਜਵਾਨਾਂ ਨੂੰ ਫੜ ਕੇ ਕੁੰਡਲੀ ਪੁਲਿਸ ਦੇ ਹਵਾਲੇ ਕੀਤਾ ਸੀ ਜੋ ਟਰਾਲੀਆਂ ਦੀਆਂ ਸ਼ੱਕੀ ਤਰੀਕੇ ਨਾਲ ਤਸਵੀਰਾਂ ਖਿੱਚ ਰਹੇ ਸੀ ਸਿੰਘੂ ਅਤੇ ਟਿਕਰੀ ਬਾਰਡਰ ਤੇ ਲੱਗੇ ਧਰਨਿਆਂ ਦੇ ਵਿੱਚ ਪੰਜਾਬ ਦੇ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਡੈਮੋਕ੍ਰੈਟਿਕ ਟੀਚਰਸ ਫਰੰਟ ਪੰਜਾਬ ਤੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰਾਂ ਦੇ ਹੇਠ ਅੱਜ ਕੱਲ ਵੱਡੀ ਗੰਟੀ ਅਧਿਆਪਕਾਂ ਨੇ ਪਰਿਵਾਰਾਂ ਸਮੇਤ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ਤੇ ਲੱਗੇ ਕਿਸਾਨ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕੀਤੀ ਅਧਿਆਪਕਾਂ ਦੇ ਸਾਂਝੇ ਫਰੰਟ ਦੀ ਅਗਵਾਈ ਕਰ ਰਹੇ ਲੀਡਰਾਂ ਨੇ ਕਿਹਾ ਕਿ ਸੰਘਰਸ਼ ਹੁਣ ਲੋਕਾਂ ਦਾ ਘੋਲ ਬਣ ਚੁੱਕਿਆ ਜਿਦੇ ਵਿੱਚ ਦੇਸ਼ ਦਾ ਹਰ ਇੱਕ ਵਰਗ ਬਜਵਾ ਹਿੱਸਾ ਪਾ ਰਿਹਾ ਹੈ ਇਹਨਾਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਤਹਿਤ APMC ਐਕਟ ਅਧੀਨ ਚਲਦੀਆਂ ਸਰਕਾਰੀ ਮੰਡੀਆਂ ਤੇ ਖਰੀਦੀ ਸਰਕਾਰੀ ਗਰੰਟੀ ਦੀ ਖਾਤਮੇ ਲਈ ਕਾਰਪੋਰੇਟਾ ਦਾਰਿਆਂ ਨੂੰ ਬਰਾਬਰ ਪ੍ਰਾਈਵੇਟ ਮੰਡੀਆਂ ਦੀ ਖੋਲਣ ਦੀ ਖੁੱਲ ਹੈ ਜਿਹੜੀ ਉਹ ਦਿੱਤੀ ਗਈ ਹੈ ਅਧਿਆਪਕ ਲੀਡਰਾਂ ਨੇ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ ਸਿੰਘੂ ਬਾਰਡਰ ਦੇ ਧਰਨੇ ਦੇ ਉੱਤੇ ਕੱਲ ਪੰਜਾਬੀ ਅਦਾਕਾਰ ਤੇ ਕਲਾਕਾਰ ਦਿਲਜੀਤ ਦੁਸਾਂਝ ਵੀ ਪਹੁੰਚਾ ਦਿਲਜੀਤ ਦੁਸਾਂਝ ਨੇ ਕਿਹਾ ਕਿ ਕਿਸਾਨਾਂ ਨੇ ਇਤਿਹਾਸ ਸਿਰਜ ਦਿੱਤਾ ਦਿਲਜੀਤ ਦੁਸਾਂਝ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਧਰਨੇ ਦੇ ਵਿੱਚ ਸ਼ਮੂਲੀਅਤ ਕਰਦਿਆਂ ਸੰਘਰਸ਼ ਨੂੰ ਪੂਰੀ ਹਮਾਇਤ ਦਿੱਤੀ। ਸੂਚਨਾ ਮਿਲੀ ਹੈ ਕਿ ਦਿਲਜੀਤ ਦੁਸਾਂਝ ਅਮਰੀਕਾ ਤੋਂ ਸਿੱਧਾ ਧਰਨੇ ਵਾਲੀ ਥਾਂ ਤੇ ਪਹੁੰਚਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਂ ਕਿ ਮੈਂ ਇੱਥੇ ਕੁਝ ਕਹਿਣ ਨਹੀਂ ਬਲਕਿ ਤੁਹਾਨੂੰ ਸੁਣਨ ਆਇਆ। ਮੈਂ ਤੁਹਾਨੂੰ ਇਤਿਹਾਸ ਰਚਣ ਲਈ ਮੁਬਾਰਕਾਂ ਦਿੰਦਾ। ਅਸੀਂ ਹਮੇਸ਼ਾ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਹੀ ਸੁਣੀਆਂ ਸੀ ਪਰ ਹੁਣ ਅਸੀਂ ਇਤਿਹਾਸ ਸਿਰਜੇ ਜਾਣ ਦੇ ਪਲਾਂ ਦਾ ਗਵਾਹ ਬਣ ਰਹੇ ਹਾਂ। ਦਿਲਜੀਤ ਦੁਸਾਂਝ ਤੋਂ ਇਲਾਵਾ ਕਮਰ ਗਰੇਵਾਲ, ਵੀਰ ਸਿੰਘ, ਪ੍ਰੀਤ ਸੰਗਰੇੜੀ, ਰਾਜਵੀਰ ਜਵੰਦਾ, ਮਹਿਤਾਬ, ਕੁਲਵਿੰਦਰ ਬਿੱਲਾ, ਗੱਲਵੜੈਚ, ਅੰਗਰੇਜ਼ ਅਲੀ, ਬਾਕਸਰ, ਵਰਿੰਦਰ ਸਿੰਘ, ਖੋਮਣ ਸਮੇਤ ਦਰਜਨਾ ਭਰ ਕਲਾਕਾਰਾਂ ਨੇ ਕੱਲ ਕਿਸਾਨ ਸੰਘਰਸ਼ ਦੇ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਵੀ ਲੱਖ ਰੁਪਏ ਦਾ ਚੈੱਕ ਵੀ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਦਿਲਜੀਤ ਦੁਸਾਂਝ ਨੇ ਸੌਂਪਿਆ। ਕੰਗਣਾ ਦਾ ਨਾਤਾ ਦਿਲਜੀਤ ਨੇ ਨਹੀਂ ਲਿਆ ਪਰ ਕਿਹਾ ਕਿ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਦੇਖੋ ਕਿ ਇੱਥੇ ਕਿਸਾਨ ਮਸਲਿਆਂ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੋ ਰਹੀ ਕਿਰਪਾ ਕਰਕੇ ਮੁੱਦੇ ਨਾਲ ਪਟਕਾਓ ਇੱਥੇ ਹਰ ਕੋਈ ਸ਼ਾਂਤ ਹੈ ਤੇ ਕੋਈ ਵੀ ਖੂਨ ਖਰਾਬੇ ਦੀ ਗੱਲ ਨਹੀਂ ਕਰ ਰਿਹਾ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਬਾਲੀਵੁੱਡ ਦੀ ਆਲੋਚਨਾ ਕੀਤੀ ਹੈ ਕਿ ਹੈ ਕਿ ਪੰਜਾਬ ਦੇ ਪੱਖ ਦੇ ਵਿੱਚ ਅਜਿਹੇ ਸਮੇਂ ਬਾਲੀਵੁੱਡ ਖੜਾ ਨਹੀਂ ਹੋਇਆ ਜਦੋਂ ਸੂਬਿਆਂ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਵਿਚਾਲੇ ਉਹਨਾਂ ਦੀ ਹਮਾਇਤ ਦੀ ਸਭ ਤੋਂ ਵੱਧ ਲੋੜ ਸੀ ਗਿੱਪੀ ਗਰੇਵਾਲ ਨੇ ਟਵੀਟ ਕੀਤਾ ਪਿਆਰੇ ਬਾਲੀਵੁੱਡ ਹਮੇਸ਼ਾ ਤੁਹਾਡੀਆਂ ਫਿਲਮਾਂ ਪੰਜਾਬ 'ਚ ਬਹੁਤ ਕਾਮਯਾਬ ਰਹੀਆਂ ਤੇ ਇੱਥੇ ਹਰ ਵਾਰ ਖੁੱਲੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਤਾਂ ਤੁਸੀਂ ਨਾ ਆਏ ਤੇ ਨਾ ਹੀ ਇੱਕ ਵੀ ਸ਼ਬਦ ਕਿਹਾ ਬਹੁਤ ਨਿਰਾਸ਼ਾ ਹੋਈ ਜੈਜੀਬੀ ਨੇ ਵੀ ਗਰੇਵਾਲ ਦੀ ਹਮਾਇਤ ਕਰਦਿਆਂ ਟਵੀਟ ਕੀਤਾ ਕਿ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ ਉਹ ਹਮਾਇਤ ਲਈ ਆ ਰਹੇ ਨੇ ਯਾਨੀ ਕਿ ਬਾਲੀਵੁੱਡ ਅਦਾਕਾਰਾਂ ਦੀ ਜ਼ਮੀਰ ਮਰ ਚੁੱਕੀ ਹੈ ਇਸ ਕਰਕੇ ਇਹ ਕਿਸਾਨ ਧਰਨਿਆਂ ਦੇ ਵਿੱਚ ਨਹੀਂ ਪਹੁੰਚ ਰਹੇ ਸੋ ਦੁਨੀਆ ਦੇਸ਼ ਭਰ ਦੇ ਵਿੱਚ ਕਿਸਾਨ ਲੀਡਰਾਂ ਦੇ ਐਲਾਨ ਦੇ ਉੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਰੋਸ ਮੁਜ਼ਾਰੇ ਹੋਏ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਨੇ ਦੇਸ਼ ਦੇ 10 ਤੋਂ ਵੱਧ ਸੂਬਿਆਂ ਦੇ ਵਿੱਚ ਮੋਦੀ ਸਰਕਾਰ ਅੰਬਾਨੀ ਅਡਾਨੀ ਦੀਆਂ ਅਰਥੀਆਂ ਸਾੜੀਆਂ ਤੇ ਨਾਰੇਬਾਜ਼ੀ ਕੀਤੀ ਮਜ਼ਦੂਰ ਸਭਾ ਦੇ ਮੁਖ ਸਕੱਤਰ ਡਾਕਟਰ ਆਸ਼ੀਸ਼ ਮਿੱਤਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਉੱਤਰਾਖੰਡ ਬਿਹਾਰ ਝਾਰਖੰਡ ਪੱਛਮੀ ਬੰਗਾਲ ਉੜੀਸਾ ਆਂਧਰਾ ਪ੍ਰਦੇਸ਼ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਲੱਖਾਂ ਕਿਸਾਨਾਂ ਨੇ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਮੂਲੀਅਤ ਕਰਦਿਆਂ 8 ਦਸੰਬਰ ਦੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ ਉਹਨਾਂ ਕਿਹਾ ਕਿ ਭਾਰਤ ਸਰਕਾਰ ਜਿੱਥੇ ਕਿਸਾਨ ਯੂਨੀਅਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਉੱਥੇ ਜਾਣ ਬੁਝਕੇ ਤਿੰਨੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਸਪਸ਼ਟ ਮੰਗ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਨੌਜਵਾਨ ਸੰਘਰਸ਼ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਤਨਦੇਹੀ ਨਾਲ ਡਿਊਟੀਆਂ ਵੀ ਆਪਣੀਆਂ ਨਿਭਾ ਰਹੇ ਨੇ ਯੂਥ ਵਿੰਗ ਦੀ ਅਗਵਾਈ ਵਿੱਚ ਸਿੰਘੂ ਬਾਰਡਰ ਤੇ 11 ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਨੇ ਤੇ ਹਰ ਰੋਜ਼ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ ਤੋਂ ਪੰਜਾਬ ਦੇ ਵਿੱਚ ਵੀ ਮੋਦੀ ਤੇ ਕਾਰਪੋਰੇਟਾਂ ਦੀਆਂ ਅਰਥੀਆਂ ਫੂਕੀਆਂ ਗਈਆਂ ਜ਼ਿਲ੍ਹਾ ਮਾਨਸਾ ਹੋਵੇ ਬਠਿੰਡਾ ਹੋਵੇ ਜਾਂ ਫਿਰ ਪਟਿਆਲਾ ਹੋਵੇ ਸੰਗਰੂਰ ਹੋਵੇ ਅੰਮ੍ਰਿਤਸਰ ਹੋਵੇ ਹਰ ਕਿਤੇ ਇਹਨਾਂ ਦੀਆਂ ਆਰਥੀਆਂ ਫੂਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਰੇ ਕੀਤੇ ਗਏ ਬੀਬੀਆਂ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਆਰਥੀ ਫੂਕ ਮੁਜ਼ਾਰਿਆਂ ਦੇ ਵਿੱਚ ਸ਼ਮੂਲੀਅਤ ਕੀਤੀ ਮੋਗਾ ਲੰਬੀ ਜੈਤੋ ਫਰੀਦਕੋਟ ਫਾਜ਼ਲਕਾ ਟੱਲੇਵਾਲ ਬਰਨਾਲਾ ਇੱਥੇ ਸਭ ਕਿਤੇ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਰਥੀ ਫੂਕ ਮੁਜ਼ਾਰੇ ਕੀਤੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਰਜਨਾ ਥਾਵਾਂ ਤੇ ਅਮਬਾਨੀ ਅਡਾਨੀ ਤੇ ਮੋਦੀ ਸਰਕਾਰ ਦੀਆਂ ਆਰਥੀਆਂ ਫੂਕ ਕੇ ਭਾਰੀ ਨਾਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਬਿੱਲ ਰੱਦ ਕਰਨ ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਪ੍ਰਣ ਲਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਉਹਨਾਂ ਐਲਾਨ ਕੀਤਾ ਕਿ ਜਿੰਨਾ ਚਿਰ ਇਹ ਹੋਲ ਚੱਲਦਾ ਰਹੇਗਾ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੀਆਂ ਆਰਥੀਆਂ ਅਸੀਂ ਫੂਕਦੇ ਰਹਾਂਗੇ ਇਸ ਦੇ ਨਾਲ ਹੀ ਪੰਜਾਬ ਤੋਂ ਜਿਹੜੇ ਖਿਡਾਰੀ ਹੈਗੇ ਨੇ ਉਹ ਰਾਸ਼ਟਰਪਤੀ ਨੂੰ ਆਪਣਾ ਕੌਮੀ ਸਨਮਾਨ ਮੋੜਨ ਦੇ ਲਈ ਪੰਜਾਬ ਤੋਂ ਰਵਾਨਾ ਹੋਏ ਕੱਲ ਪੰਜਾਬ ਤੋਂ ਰਵਾਨਾ ਹੋਏ ਤੇ ਦਿੱਲੀ ਵੀ ਪਹੁੰਚ ਚੁੱਕੇ ਨੇ ਸਿੰਘੂ ਬਾਰਡਰ ਤੇ ਸਭ ਤੋਂ ਪਹਿਲਾਂ ਇਹ ਪਹੁੰਚੇ ਪੰਜਾਬ ਦੇ ਜਲੰਧਰ ਤੋਂ ਅੱਠ ਸਾਬਕਾ ਖਿਡਾਰੀ ਰਵਾਨਾ ਹੋਏ ਦਿੱਲੀ ਪਹੁੰਚਣ ਤੱਕ ਇਹਨਾਂ ਖਿਡਾਰੀਆਂ ਦੀ ਗਿਣਤੀ 30 ਤੱਕ ਪਹੁੰਚ ਗਈ ਸੀ ਤੇ ਕਿਤੇ ਕਿਤੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਗਿਣਤੀ 35 ਹੈ ਤੇ ਕੱਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਹ ਆਪਣੇ ਪੁਰਸਕਾਰ ਵਾਪਸ ਕਰਨਗੇ ਕਿਉਂਕਿ 7 ਦਸੰਬਰ ਨੂੰ ਕਿਸਾਨ ਲੀਡਰਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਅਪੀਲ ਕੀਤੀ ਗਈ ਸੀ ਸਾਰੇ ਜਿਹੜੇ ਖਿਡਾਰੀ ਨੇ ਜਾਂ ਫਿਰ ਜਿੰਨੇ ਵੀ ਸਿਆਸੀ ਲੋਕ ਨੇ ਸਮਾਜ ਸੇਵੀ ਨੇ ਜਿਨ੍ਹਾਂ ਨੂੰ ਵੀ ਇਹ ਪੁਰਸਕਾਰ ਮਿਲੇ ਨੇ ਉਕ្សਾਨਾਂ ਦੇ ਹੱਕ ਦੇ ਵਿੱਚ ਪੁਰਸਕਾਰ ਵਾਪਸ ਕਰਨ ਰਾਸ਼ਟਰਪਤੀ ਨਾਲ ਮੁਲਾਕਾਤ ਦੇ ਲਈ ਸਭ ਤੋਂ ਪਹਿਲਾਂ ਇਹ ਸਮਾਂ ਲੈਣਗੇ ਇਹਨਾਂ ਖਿਡਾਰੀਆਂ ਨੇ ਕਿਹਾ ਕਿ ਜੇ ਸਾਨੂੰ ਸਮਾਂ ਨਾ ਮਿਲਿਆ ਤਾਂ ਅਸੀਂ ਰਾਸ਼ਟਰਪਤੀ ਭਵਨ ਦੇ ਬਾਹਰ ਆਪਣੇ ਸਨਮਾਨ ਰੱਖ ਕੇ ਵਾਪਸ ਆ ਜਾਵਾਂਗੇ ਖਿਡਾਰੀਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਾਤਾਵਰਣ ਪ੍ਰੇਮੀ ਸ਼ਾਂਤ ਬਲਵੀਰ ਸਿੰਘ ਸਿੱਚੇਵਾਲ ਪਹੁੰਚੇ ਹੋਏ ਸੀ ਪਦਮਸ਼੍ਰੀ ਕਰਤਾਰ ਸਿੰਘ ਨੇ ਕਿਹਾ ਕਿ ਪੁਰਸਕਾਰ ਵਾਪਸ ਕਰਨ ਲਈ ਪੰਜਾਬ ਦੇ 30 ਖਿਡਾਰੀ ਦਿੱਲੀ ਪਹੁੰਚੇ ਨੇ ਜਦਕਿ ਹਰਿਆਣਾ ਦੇ ਖਿਡਾਰੀਆਂ ਨੇ ਵੱਖਰੇ ਤੌਰ ਤੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ ਜਲੰਧਰ ਤੋਂ ਰਵਾਨਾ ਹੋਣ ਵਾਲਿਆਂ ਵਿੱਚ ਗੋਲਡਨ ਗਰਲ ਦੇ ਤੌਰ ਤੇ ਜਾਣੀ ਜਾਂਦੀ ਰਾਜਵੀਰ ਕੌਰ ਉਸ ਦਾ ਪਤੀ ਗੁਰਮੇਲ ਸਿੰਘ ਤਾਰਾ ਸਿੰਘ weightlifter ਰਣਧੀਰ ਸਿੰਘ ਅਜੀਤ ਸਿੰਘ ਮੁੱਕੇਬਾਜ਼ ਜੈਪਾਲ ਸਿੰਘ ਸ਼ਾਮਲ ਨੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਮੁੱਕੇਬਾਜ਼ੀ ਵਿੱਚ ਪਦਮਸ਼੍ਰੀ ਤੇ ਅਰਜਨ ਅਵਾਰਡੀ ਕੌਰ ਸਿੰਘ ਵੀ ਆਪਣੀ ਬਜ਼ੁਰਗ ਅਵਸਥਾ ਦੀ ਪਰਵਾਹ ਨਾ ਕਰਦੇ ਹੋਏ ਦਿੱਲੀ ਜਾਣ ਵਾਲੇ ਕਾਫਲੇ ਦਾ ਹਿੱਸਾ ਬਣੇ ਬਾਸਕਟਬਾਲ ਦੇ ਸਾਬਕਾ ਖਿਡਾਰੀ ਅਰਜਨਾ ਅਵਾਰਡੀ ਸੱਜਣ ਸਿੰਘ ਚੀਮਾ ਵੀ ਜਾਣਾ ਚਾਹੁੰਦੇ ਸੀ ਦਿੱਲੀ ਪਰ ਬੁਖਾਰ ਚੜਨ ਕਰਕੇ ਇਸ ਕਾਫਲੇ ਦਾ ਹਿੱਸਾ ਨਹੀਂ ਬਣ ਸਕੇ ਪਰ ਉਹ ਆਪਣਾ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਚੁੱਕੇ ਨੇ ਦਿੱਲੀ ਜਾਣ ਵਾਲੇ ਇਹਨਾਂ ਸਾਬਕਾ ਖਿਡਾਰੀਆਂ ਦੀਆਂ ਗੱਡੀਆਂ ਦੇ ਉੱਤੇ ਕਿਸਾਨੀ ਹੱਕਾਂ ਦੇ ਸੰਬੰਧੀ ਬੈਨਰ ਲੱਗੇ ਹੋਏ ਸੀ ਪੁਰਸਕਾਰ ਵਾਪਸ ਮੋੜਨ ਲਈ ਦਿੱਲੀ ਜਾਣ ਵਾਲੇ ਸਾਰੇ ਹੀ ਸਾਬਕਾ ਖਿਡਾਰੀਆਂ ਨੇ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ ਇਸ ਮੌਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਖਿਡਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਪਹਿਲਵਾਨ ਕਰਤਾਰ ਸਿੰਘ ਸਮੇਤ ਬਾਕੀ ਖਿਡਾਰੀਆਂ ਨੇ ਕਿਹਾ ਕਿ ਉਹਨਾਂ ਦੇ ਲਈ ਕਿਸਾਨਾਂ ਦੇ ਹਿੱਤ ਇਨ੍ਹਾਂ ਪੁਰਸਕਾਰਾਂ ਤੋਂ ਕਿਤੇ ਉੱਤੇ ਨੇ ਇੱਕ ਖਬਰ ਤੁਹਾਨੂੰ ਹਰਿਆਣਾ ਤੋਂ ਵੀ ਦੱਸ ਦਿੰਨੇ ਆ ਜਿੱਥੇ ਕਿਸਾਨ ਮਹਾਪੰਚਾਇਤ ਨੇ ਦੁਸ਼ਯੰਤ ਅਤੇ ਬਿਰਜੇਂਦਰ ਦੇ ਖਿਲਾਫ ਝੰਡਾ ਚੁੱਕ ਲਿਆ ਜੀਂਦ ਦੇ ਪਾਲਵਾ ਪਿੰਡ ਦੇ ਵਿੱਚ ਸਰਬਜਾਤੀ ਦਾੜਨ ਖਾਪ ਦੇ ਚਬੂਤਰੇ ਤੋਂ ਬਾੰਗਰ ਦੇ ਕਿਸਾਨਾਂ ਦੀ ਮਹਾਪੰਚਾਇਤ ਹੋਈ ਖਾਪ ਦੇ ਪਿੰਡਾਂ ਸਮੇਤ ਚਹਿਲ ਖਾਪ Thuatapande ਪ੍ਰਧਾਨ ਤੇ ਕਈ ਹੋਰ ਪਿੰਡਾਂ ਦੇ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਪਹੁੰਚੇ ਮਹਾਪੰਚਾਇਤ ਦੌਰਾਨ ਬਾੰਗਰ ਇਲਾਕੇ ਦੇ ਜੋ ਲੀਡਰ ਸਰਕਾਰ ਦੇ ਵਿੱਚ ਹਿੱਸੇਦਾਰ ਨਹੀਂ ਉਹਨਾਂ ਨੂੰ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਤੇ ਹਮਾਇਤ ਵਾਪਸ ਨਾ ਲੈਣ ਤੇ ਇਹਨਾਂ ਆਗੂਆਂ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ ਸਿਲ ਬਾਂਗਰੇ ਇਲਾਕੇ ਦੇ ਉਚਾਣਾ ਹਲਕੇ ਤੋਂ ਵਿਧਾਇਕ ਦੁਸ਼ਯੰਤ ਚਟਾਲਾ ਸੂਬੇ ਦੇ ਉਪ ਮੁੱਖ ਮੰਤਰੀ ਨੇ ਜਦ ਕਿ ਸਾਬਕਾ ਕੇਂਦਰੀ ਮੰਤਰੀ ਚੌਧਰੀ ਬਰਿੰਦਰ ਸਿੰਘ ਦਾ ਪੁੱਤਰ ਬਰਜਿੰਦਰ ਸਿੰਘ हिसार ਲੋਕ ਸਭਾ ਹਲਕੇ ਤੋਂ ਬੀਜੇਪੀ ਦਾ ਸੰਸਦ ਮੈਂਬਰ ਹੈ ਇਥੇ ਪਹੁੰਚੇ ਲੀਡਰਾਂ ਨੇ ਵੀ ਕਿਹਾ ਕਿ ਫਿਲਮ ਅਦਾਕਾਰ ਕੰਗਨਾ ਰਣੌਤ ਨੇ ਧਰਨੇ ਤੇ ਜਾਣ ਵਾਲੀ ਔਰਤ ਨੂੰ ਦਿਹਾੜੀਦਾਰ ਦੱਸਿਆ ਸੀ ਜਦ ਕਿ ਖੇਤੀ ਮੰਤਰੀ ਜੇਪੀ ਦલાਲ ਨੇ ਧਰਨੇ ਨੂੰ ਪਾਕਿਸਤਾਨ ਦੇ ਨਾਲ ਜੋੜਿਆ ਸੀ ਤੇ ਮਹਾਪੰਚਾਇਤ ਦੇ ਵਿੱਚ ਕੰਗਨਾ ਰਣੌਤ ਅਤੇ ਜੇਪੀ ਦલાਲ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ। ਉਹਨਾਂ ਕਿਹਾ ਕਿ ਦੁਸ਼ਯੰਤ ਚਟਾਲਾ ਨੇ ਹਾਲੇ ਤੱਕ ਕਿਸਾਨ ਅੰਦੋਲਨ ਤੇ ਚੁੱਪੀ ਧਾਰ ਰੱਖੀ ਹੈ। ਬਿਰਜਿੰਦਰ ਸਿੰਘ ਨੂੰ ਭਾਜਪਾ ਤੋਂ ਹਮਾਇਤ ਵਾਪਸ ਲੈਣੀ ਚਾਹੀਦੀ ਹੈ। ਜੇ ਉਹ ਹਮਾਇਤ ਵਾਪਸ ਨਹੀਂ ਲੈਂਦੇ ਤਾਂ ਅਸੀਂ ਉਹਨਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ। ਇਸ ਦੇ ਨਾਲ ਹੀ ਅੱਜ ਯਾਨੀ ਕਿ 6 ਦਸੰਬਰ ਨੂੰ ਪਾਲਵਾ ਪਿੰਡ ਤੋਂ ਦਿੱਲੀ ਬਾਰਡਰ ਤੱਕ ਪੈਦਲ ਕੂਚ ਕਰਨ ਦਾ ਵੀ ਇਹਨਾਂ ਨੇ ਐਲਾਨ ਕੀਤਾ ਹੈ। ਬਾਂਗਰ ਦੇ ਕਿਸਾਨ ਅੱਜ ਦਿੱਲੀ ਵੱਲ ਪੈਦਲ ਕੂਚ ਕਰਨਗੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਪਹਿਲਾਂ ਬਿਹਾਰ ਦੀ ਗੱਲ ਕਰ ਲਈਏ ਤਾਂ ਇੱਥੇ ਪਟਨਾ ਦੇ ਵਿੱਚ ਆਰ ਜਿਹੜੀ ਆਗੂ ਤੇਜਸਵੀ ਯਾਦਵ ਦੀ ਅਗਵਾਈ ਵਿੱਚ ਵਿਰੋਧੀ ਧਿਰਾਂ ਨੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਦੀ ਹਮਾਇਤ ਦਾ ਐਲਾਨ ਲਿਆ। ਤਾਨੇ ਵਾਲੀ ਥਾਂ ਤੇ ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਦੇ ਲੀਡਰ ਵੀ ਹਾਜ਼ਰ ਸਨ ਇਹਨਾਂ ਨੇ 8 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਤਾਨੇ ਵਿੱਚ ਸੀਪੀਆਈ ਐਮਐਲ ਨੂੰ ਛੱਡ ਕੇ ਮਹਾਗਠ ਜੋੜਦਿਆਂ ਸਾਰੀਆਂ ਪਾਰਟੀਆਂ ਸ਼ਾਮਿਲ ਹੋਈਆਂ ਸੀਪੀਆਈ ਐਮਐਲ ਨੇ ਬਿਹਾਰ ਵਿੱਚ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਸੇਲਮ ਤੋਂ ਖਬਰ ਹੈ ਜਿੱਥੇ ਡੀਐਮਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਨਾਲ ਖੁਦ ਗੱਲਬਾਤ ਕਰਕੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜੰਮੂ ਦੇ ਵਿੱਚ ਕਾਂਗਰਸ ਦੀ ਜੰਮੂ ਤੇ ਕਸ਼ਮੀਰ ਇਕਾਈ ਨੇ ਮੁਜ਼ਾਹਰਾ ਕਰਕੇ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਮੰਗ ਕੀਤੀ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ। ਮੁਜ਼ਾਹਰਕਾਰੀ ਕਾਂਗਰਸ ਦੀ ਸਥਾਨਕ ਇਕਾਈ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਰਮਨ ਪੱਲਾ ਦੀ ਅਗਵਾਈ ਹੇਠ ਅਸ਼ੀ ਹੀ ਦੀ ਚੌਂਕ ਵਿੱਚ ਇਕੱਠੇ ਹੋਏ ਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਰੋਸ ਪ੍ਰਗਟਾਉਂਦਿਆਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕੀਤਾ। ਇਹਨਾਂ ਨੇ ਕਿਹਾ ਕਿ ਸਰਕਾਰ ਸਿਰ ਸੱਤਾ ਦਾ ਨਸ਼ਾ ਚੜ ਕੇ ਬੋਲ ਰਿਹਾ ਤੇ ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਤੇ ਮੁੜ ਨਜ਼ਰਸਾਨੀ ਕਰਨ ਚ ਵੀ ਨਾਂ ਨੁਕਰ ਕੀਤੀ ਜਾ ਰਹੀ ਹੈ। ਦਿੱਲੀ ਦੇ ਵਿੱਚ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੀਵਾਲਾ ਨੇ 8 ਦਸੰਬਰ ਭਾਰਤ ਬੰਦ ਦੇ ਹੈਸ਼ਟੈਗ ਨਾਲ ਟਵੀਟ ਕੀਤਾ ਤੇ ਕਿਹਾ ਕਿ ਆਪਣੀ ਕਲਮ ਚੁੱਕੋ ਅਨਦਾਤੇ ਤੋਂ ਮਾਫੀ ਮੰਗੋ ਤੇ ਤੁਰੰਤ ਕਾਲੇ ਕਾਨੂੰਨਾਂ ਤੇ ਲੀਕ ਫੇਰੋ ਯਾਨੀ ਕਿ 8 ਦਸੰਬਰ ਦੇ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰੀ ਪੂਰੀ ਹਮਾਇਤ ਸਿਆਸੀ ਪਾਰਟੀਆਂ ਦੇ ਵੱਲੋਂ ਮਿਲ ਰਹੀ ਹੈ ਜਿਹੜੀਆਂ ਕਿ ਸਰਕਾਰ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਇਥੇ ਖੱਬੇ ਪੱਖੀ ਪਾਰਟੀਆਂ ਨੇ ਵੀ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ ਸੀਪੀਐਮ ਸੀਪੀਆਈ ਸੀਪੀਆਈ ਐਮਐਲ ਆਰਐਸਪੀ ਤੇ 올 ਇੰਡੀਆ ਫਾਰਵਰਡ ਬਲਾਕ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਖੇਤੀ ਕਾਨੂੰਨਾ ਖਿਲਾਫ ਚਲਾਏ ਜਾ ਰਹੇ ਅੰਦੋਲਨ ਨੂੰ ਅਸੀਂ ਪੂਰੀ ਹਮਾਇਤ ਦਿੰਦੇ ਹਾਂ ਸੋ 8 ਦਸੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਸਿਆਸੀ ਪਾਰਟੀਆਂ ਵੀ ਜੁਟ ਗਈਆਂ ਨੇ ਪੰਜਾਬ ਤੋਂ ਇੱਕ ਹੋਰ ਖਬਰ ਦੱਸ ਦਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਸਾਨਾਂ ਦੇ ਹੱਕ ਵਿੱਚ ਨਿਤਰਦਿਆਂ ਹੋਇਆਂ ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨੀ ਘੋਲ ਵਿੱਚ ਆਪਣੇ ਹਿੱਸੇ ਵਜੋਂ ਦਿੱਤੀ ਹੈ ਖੇਤੀ ਕਾਨੂੰਨਾ ਵਿਰੁੱਧ ਲੜਾਈ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ ਵਿਜੇਂਦਰ ਸਿੰਘਲਾ ਨੇ ਇਸ ਦਾ ਐਲਾਨ ਕੀਤਾ ਹੈ ਸਿੰਗਲਾ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਵੀ ਤਰ੍ਹਾਂ ਮਦਦ ਦੇ ਕੇ ਸਾਡੇ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਵੇ ਕਿਉਂਕਿ ਕਿਸਾਨ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਤੇ ਸਾਰੇ ਸਤਕਾਰ ਅਤੇ ਸਹਾਇਤਾ ਦੇ ਹੱਕਦਾਰ ਨੇ ਇੱਕ ਖਬਰ ਹੋਰ ਵੀ ਦੱਸਦੀ ਹੈ ਕਿ ਅਕਾਲੀ ਦਲ ਡੈਮੋਕ੍ਰੈਟਿਕ ਜਿਹੜਾ ਕਿ ਨਵਾਂ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਨਿਕੜ ਕੇ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਹੈ ਤੇ ਉਹਨਾਂ ਦਾ ਜਥਾ ਵੀ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਲਈ ਰਵਾਨਾ ਹੋਇਆ ਇੱਕ ਵੱਡਾ ਜਥਾ ਪਾਰਟੀ ਦੇ ਲੀਡਰ ਪਰਮੇਂਦਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪੰਜਾਬ ਤੋਂ ਰਵਾਨਾ ਹੋਇਆ ਤੇ ਪੰਜਾਬ ਤੋਂ ਕਿਸਾਨਾਂ ਤੇ ਨੌਜਵਾਨਾਂ ਦਾ ਵੀ ਦਿੱਲੀ ਵਿੱਚ ਧਰਨੇਆਂ ਦੇ ਵਿੱਚ ਸ਼ਾਮਲ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ ਅਕਾਲੀ ਦਲ ਡੈਮੋਕ੍ਰੈਟਿਕ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਧਰਨਾ ਜਾਰੀ ਰੱਖਣ ਦਾ ਕੀਤਾ ਹੈ ਤੇ ਕਿਸਾਨਾਂ ਨੂੰ ਦੇਸ਼ ਵਿਦੇਸ਼ ਤੋਂ ਸਾਰੀਆਂ ਜਿਹੜੀਆਂ ਸਾਰੇ ਲੋਕ ਨੇ ਉਹਨਾਂ ਦਾ ਲਗਾਤਾਰ ਸਮਰਥਨ ਮਿਲ ਰਿਹਾ ਹੈ ਚਾਹੇ ਕਿਸਾਨ ਹੋਣ ਜਾਂ ਨਾ ਹੋਣ ਪਰ ਹਰ ਕੋਈ ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਹੈ ਉਹ ਰੱਜ ਕੀ ਕਰ ਰਿਹਾ ਹੈ ਬਠਿੰਡਾ ਤੋਂ ਵੀ ਇਹ ਖਬਰ ਮਿਲ ਰਹੀ ਹੈ ਕਿ ਹੁਣ ਰੇਲ ਗੱਡੀਆਂ ਦੇ ਰਾਹੀ ਦਿੱਲੀ ਕੂਚ ਕਰਨ ਲੱਗੇ ਨੇ ਲੋਕਾਂ ਦੇ ਜਥੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਬਠਿੰਡਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਜਥੇ ਹੁਣ ਵੇਖਣ ਨੂੰ ਮਿਲਦੇ ਨੇ ਦਿੱਲੀ ਤੋਂ ਕੁਝ ਲੋਕ ਨੇ ਜਿਹੜੇ ਉਹ ਵਾਪਸ ਵੀ ਜਾ ਰਹੇ ਨੇ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੋਰ ਮੈਂਬਰ ਨੇ ਜਿਹੜੇ ਉਹ ਹੁਣ ਦਿੱਲੀ ਪਹੁੰਚ ਰਹੇ ਨੇ ਜਿਹੜੇ ਯੂਪੀ ਦੇ ਲੋਕ ਨੇ ਗਾਜ਼ੀਪੁਰ ਬਾਰਡਰ ਤੇ ਅਸੀਂ ਜਿਹੜੀ ਗੱਲ ਕੀਤੀ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਇੱਥੇ ਅਸੀਂ ਦਿੱਲੀ ਹੈ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦੇਣੀ ਸੀ ਜੇ ਰੇਲ ਗੱਡੀਆਂ ਚੱਲਦੀਆਂ ਹੁੰਦੀਆਂ ਜੇ ਆਮ ਵਾਂਗੂ ਰੇਲ ਗੱਡੀਆਂ ਚੱਲਦੀਆਂ ਹੁੰਦੀਆਂ ਤਾਂ ਯੂਪੀ ਦੇ ਕਿਸਾਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚੋਂ ਸਾਨੂੰ ਕੱਢਣਾ ਔਖਾ ਹੋ ਜਾਣਾ ਸੀ ਅਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਣਾ ਸੀ ਉਹਨਾਂ ਨੇ ਆਪਣੀ ਮਜਬੂਰੀ ਦੱਸੀ ਕਿ ਉੱਥੇ ਲੋਕਾਂ ਦੇ ਆਰਥਿਕ ਹਾਲਾਤ ਇੰਨੇ ਚੰਗੇ ਨਹੀਂ ਹੈਗੇ ਇਸ ਕਰਕੇ ਆਪੋ ਆਪਣੇ ਵਾਹਨ ਕਰਕੇ ਉਹ ਨਹੀਂ ਆ ਸਕਦੇ ਜੇ ਸਰਕਾਰ ਰੇਲ ਗੱਡੀਆਂ ਚਲਾ ਦੇਵੇ ਤਾਂ ਅਸੀਂ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਾਂਗੇ ਸੋ ਦਿੱਲੀ ਦੇ ਵਿੱਚ ਜਿੱਥੇ ਕਿਸਾਨਾਂ ਦੇ ਅੰਦੋਲਨ ਲਗਾਤਾਰ ਚੱਲ ਰਹੇ ਨੇ ਟਿਕਰੀ ਬਾਰਡਰ ਸਿੰਘੂ ਬਾਰਡਰ ਗਾਜ਼ੀਪੁਰ ਬਾਰਡਰ ਇਸ ਦੇ ਨਾਲ ਹੀ ਦੋ ਹੋਰ ਬਾਰਡਰ ਵੀ ਜਾਮ ਕੀਤੇ ਜਾਂਦੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ-ਨਾਲ ਇੱਥੇ ਲਗਾਤਾਰ ਜਿਹੜੇ ਲੰਗਰ ਨੇ ਉਹ ਵੀ ਚੱਲ ਰਹੇ ਨੇ ਦਵਾਈਆਂ ਦੀ ਸਹੂਲਤ ਹੈ ਜਿਹੜੀ ਉਹ ਵੀ ਦਿੱਤੀ ਜਾ ਰਹੀ ਹੈ ਤੇ ਇਹਦੇ ਨਾਲ-ਨਾਲ ਪੰਜਾਬ ਦੇ ਵਿੱਚ ਜਿਹੜੇ ਧਰਨੇ ਨੇ ਜਿਹੜੇ-ਜਿਹੜੇ ਮੋਰਚੇ ਲੱਗੇ ਹੋਏ ਸੀ 100 ਤੋਂ ਵੱਧ ਥਾਵਾਂ ਤੇ ਉਹ ਵੀ ਲਗਾਤਾਰ ਜਾਰੀ ਨੇ ਤੇ ਉੱਥੇ ਵੀ ਵੱਡੇ ਇਕੱਠ ਹੋ ਰਹੇ ਨੇ ਕੱਲ ਵੱਡੀ ਗਿਣਤੀ ਦੇ ਵਿੱਚ ਪਤਲੇ ਫੂਕੇ ਗਏ ਤੇ 8 ਤਰੀਕ ਨੂੰ ਪੂਰੇ ਭਾਰਤ ਦਾ ਬੰਦ ਦਾ ਸਮਰਥਨ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਕੀਤਾ ਗਿਆ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਹੋ ਅਫਵਾਹਾਂ ਦੇ ਵਿੱਚ ਯਕੀਨ ਨਾ ਕਰਿਆ ਕਰੋ ਅਤੇ ਕਿਸਾਨਾਂ ਦੇ ਸੰਘਰਸ਼ ਦੀ ਜਿਵੇਂ ਵੀ ਤੁਸੀਂ ਹਮਾਇਤ ਕਰ ਸਕਦੇ ਹੋ ਜ਼ਰੂਰ ਕਰੋ ਪਰ ਲੁਟੇਰੀਆਂ ਤੋਂ ਵੀ ਬਚ ਕੇ ਰਹੋ ਧੰਨਵਾਦ